लगते लोग बेगाने। अल्लाह 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 अल्लाह। यूके दे हर शहर दे अंदर अपना रंग जमा दे, कश्मीरी ते पाकिस्तानी हस दे नजरिया दे। ब्रेडफोर्ड बर्मिंगम लंदन विच ने संगी सारे, एना शहरा दे विच वस दे पाकिस्तानी प्यारे। बिस्मिल्लाहिर्रहमानिर्रहीम, अस्सलाम वालेकुम। उम्मीद करने सारे भैन भ्रा ठीक ठाक हो, सो हैरियत ना हो, सो अल्लाह ताला ने हिफ्ज़ो ईमान ही चोसो। अज ना खूबसूरत जहा ब्लॉग करने स्टार्ट, और अज असा मौजूद हाँ राजधानी। इस टाइम तकने असो माशाल्लाह राजधानी ना बाजार बड़ा खूबसूरत, और राजधानी इस टाइम असा मौजूद हाँ। और अज ना ब्लॉग बड़ा खूबसूरत होने वाला है। सारे भैन भ्रा जितने साढ़े चैनल पर नवे आए, चैनल की जरूर सब्सक्राइब लाइक और शेयर करी किनो, तो असा हूँ अगे चलसा। सा एक साढ़े दोस्त भी हो सन, तो असा अगे नाल चलसा। एक बड़ा खूबसूरत कब्रस्तान है, वह भी तुसें दसा। तो बाकी ये साढ़े दोस्त रानी शॉप है इदरान भाई नी, तो इन्हें नाल असा चलने हैं, तो फिर अगर सुख चेक करा जी। हूँ असा निकले हाँ राजधानी बाजार तू, तो सारा सफर अगर कि साइड हो सी राज जी? बड़ा सफर है कब्रस्तान तक, राजधानी कब्रस्तान री साइड चल रहे हैं। ओ मेरा क्या है इधर माशाल्लाह शाम का टाइम है, मौसम जबरदस्त खूबसूरत लग रहा है। आने राजधानी वन जी। राजधानी ने माशाल्लाह बड़े खूबसूरत बंगले। उत्थे जन्ने आर्डर देसा गोश्त, उसे गोश्त आर्डर देने अस लगे जन्ने। जी पुजे कब्रस्तान है, जिसने तो काफी बंद समझने उसने ये पार्क है, बल्कि कब्रस्तान है पार्क नहीं। तो अंदर इसने चलने हैं, वह भी तुसा की दसने हैं फिर आज। चलो जी राय साहब चलने अंदर, क्योंकि फैमिलियां तो वाकई काफी ज्यादा आई होनी। डोर खोलो ना, इस साइड कब्र नजर अच्छी उसी तुसा की हाजी मोहम्मद सादिक। माशाल्लाह तकने उस बड़ा खूबसूरत कब्रस्तान है, इस साइड ही काफ़ी ज़्यादा कब्र बनती हैं, बड़े खूबसूरत इन्हें पौधे लाए हुए हैं।
ਬੋਏ ਨਿੱਕੇ ਨਿੱਕੇ ਪੌਦੇ ਕੈਸ ਨੇ ਇਸਕੀ ਆਣੇ ਸਾਡੀ ਜ਼ਬਾਨੀ ਸਤਬਰਗਾ ਆਣੇ ਨਾ ਬਰਗਾ ਆਪਣੇ ਸਤਬਰਗੇ ਨੇ ਬੜੇ ਖੂਬਸੂਰਤ ਫੁੱਲ ਆਣੇ ਨੇ ਬਿਲਕੁਲ ਬਿਲਕੁਲ ਲੋਕ ਲਾਣੇ ਖੂਬਸੂਰਤੀ ਉਸਤੇ ਬਿਲਕੁਲ ਬਿਲਕੁਲ ਇਹ ਬਿਲਕੁਲ ਜੇ ਰਈਦਾਨੀ ਤੋਂ ਗਿਆ ਚੋਗਾਲਾ ਬਾਜ਼ਾਰ ਤੋਂ ਤੇ ਅਲਗਾ ਇੱਕ ਕਬਰਸਤਾਨ ਅਸ਼ਨਾ ਰਸਤੇ ਵਿੱਚ ਮੋੜਾ ਵਿੱਚ ਕਾਫੀ ਭੈਣ ਭਰਾ ਇੱਥੇ ਅਸ਼ਨੇ ਵੀ ਰਹਿਣੇ ਨੇ ਔਰ ਬੜਾ ਹੀ ਖੂਬਸੂਰਤ ਇੱਕ ਕਬਰਸਤਾਨ ਹੈ ਅੱਗੇ ਚੱਲਦੇ ਹਾਂ ਤੁਸੀਂ ਕਿਹਾ ਜਿਸ ਤਰ੍ਹਾਂ ਫੁੱਲ ਵਿਜ਼ਿਟ ਕਰਾਉਣੇ ਆ ਇਹ ਤੱਕੋ ਮਾਸ਼ਾਅੱਲਾ ਜਿਹੜੀਆਂ ਲੱਗੀਆਂ ਖਜੂਰਾਂ ਖਾਸ ਕਰੀਦਾ ਖਜੂਰਾਂ ਮਾਸ਼ਾਅੱਲਾ ਜੇ ਤੱਕਨੇ ਉਸੋ ਕਿਤਨੀਆਂ ਹੀ ਪਿਆਰੀਆਂ ਖਜੂਰਾਂ ਲੱਗਣੀਆਂ ਪਈਆਂ ਬੜੀਆਂ ਖੂਬਸੂਰਤ ਲੱਗਣੀਆਂ ਪਈਆਂ ਜੀ ਖਜੂਰਾਂ ਤੱਕਨੇ ਉਸੋ ਕੋਈ ਦਰਖਤ ਨੇ ਇਹਨਾਂ ਹਾਂ ਬਿਲਕੁਲ ਇਹ ਸਫਾਈ ਨੇ ਇਸ ਤਰ੍ਹਾਂ ਲੱਗਦਾ ਖਿਆਲ ਰੱਖਣਾ ਇੱਥੇ ਇਹਨਾਂ ਬੰਦੇ ਰੱਖੇ ਸਪੈਸ਼ਲ ਸਫਾਈ ਵਾਸਤੇ ਇਸ ਸਾਈਡ ਇਹਨਾਂ ਕਾਸ਼ਾ ਕੱਪਿਆ ਆ ਅਤੇ ਇਸ ਸਾਈਡ ਉਹਨੇ ਲਸਣ ਪੌਦੇ ਮਾਸ਼ਾਅੱਲਾ ਇੰਨਾ ਸਫਾਈ ਹਾਂ ਹਾਂ ਬਿਲਕੁਲ ਇਹ ਸਾਰੇ ਸਤਵਰਗੇ ਲਾਸਨ ਬੜੇ ਖੂਬਸੂਰਤ ਲਾਸਨ ਸਤਵਰਗੇ ਨੇ ਇਹ ਤਾਂ ਕੋਈ ਅੱਧ ਪਿਆ ਨੇ ਕਟਰ ਜਿਸ ਨੇ ਇਹ ਕੱਟਣੇ ਇਹ ਗੱਲ ਹੈ ਕਿ ਨਹੀਂ ਇਹ ਤਾਂ ਹੀ ਸਤਵਰਗੇ ਨੇ ਇਹਨਾਂ ਪੌਦੇ ਲਾਏ ਮਾਸ਼ਾਅੱਲਾ ਬਿਲਕੁਲ ਜ਼ਿਆਦਾਤਰ ਇਹਨਾਂ ਖਜੂਰੋਂ ਨੇ ਇਹ ਤਾਂ ਸਤਵਰਗੇ ਨੇ ਪੌਦੇ ਕਿਤਨੇ ਮਾਸ਼ਾਅੱਲਾ ਖੂਬਸੂਰਤ ਲੱਗਣੇ ਪਏ ਜਿਹੜਾ ਰਸਤਾ ਜਾਣਾ ਪਿਆ ਪਰ ਇੱਥੇ ਕੋਈ ਘਰ ਹੈ ਕੁਨ ਹੈ ਅੱਛਾ ਇਹ ਸਫਿਆਨ ਹੋਣਾ ਘਰ ਹੈ ਠੀਕ ਹੈ ਮਾਸ਼ਾਅੱਲਾ ਜੀ ਇਸ ਸਾਈਡ ਦੀ ਨਜ਼ਰ 'ਚ ਨਹੀਂ ਸਨ ਖਜੂਰਾਂ ਅਕਸਰ ਜ਼ਿਆਦਾਤਰ ਪੌਦੇ ਖਜੂਰਾਂ ਨੇ ਇਸ ਖਜੂਰਾਂ ਨੇ ਕਲਰ ਕੀ ਆਈ ਆ ਜਾ ਹੁਣ ਪੱਕਣੀ ਵੀ ਆਏ ਬਿਲਕੁਲ ਜੀ ਪਹਿਲਾਂ ਇਸ ਨਾ ਇਹ ਕਲਰ ਰੈਡ ਕਲਰ ਸੀ ਅੱਛਾ ਸੀ ਲੋ ਲੈ ਰੈਡ ਸੀ ਹੁਣ ਗ੍ਰੀਨ ਹੋਈ ਹੈ ਫਿਰ ਯੈਲੋ ਸੀ ਯੈਲੋ ਤੋਂ ਬਾਅਦ ਅੱਛਾ ਜੀ ਤਰੇ ਚਾਰ ਕਲਰ ਇਸ ਨੇ ਹੋਣੇ ਤਾਂ ਫਿਰ ਜਾਈ ਨਾ ਤੇ ਫਿਰ ਇਹ ਜੀ ਹੋਸੀ ਤੇ ਇਸ ਤੋਂ ਬਾਅਦ ਕਿਹੜੀ ਹੋਸੀ ਇਸ ਤੋਂ ਬਾਅਦ ਬਲੈਕ ਹੋਸੀ ਇਸ ਤੋਂ ਬਾਅਦ ਬਲੈਕ ਹੋਸੀ ਜੀ ਫੁੱਲ ਰੈਡੀ ਹੋਸੀ ਤੇ ਇਧਰ ਅੱਗਾ ਜੁਲਨੇ ਆ ਤੱਕਨੇ ਆ ਕੋਈ ਫੁੱਲ ਪੱਕੀ ਵੀ ਆਇਆ ਕੋਈ ਨਹੀਂ ਅੱਛਾ ਇਹ ਆਪ ਪਕਾਉਣੇ ਉਸ ਬਾਕੀ ਇਹ ਫਾਲਤੂ ਤੱਕਣੇ ਉਸੋ ਇੱਕ ਕਟਿੰਗ ਕਰਨੇ ਨੇ ਬੜੀ ਜ਼ਬਰਦਸਤ ਬਿਲਕੁਲ ਇਹ ਕੈਸਣਾ ਪੌਦਾ ਇਸਨੇ ਬਾਰੇ ਕੋਈ ਪਤਾ ਹੋਇਆ ਇਹ ਵੀ ਖਜੂਰ ਹੈ ਠੀਕ ਠੀਕ ਅੱਛਾ ਅੱਛਾ ਠੀਕ ਠੀਕ ਹੁਣ ਇਸ ਸਾਈਡ ਚੱਲੇ ਹਾਂ ਇਸ ਸਾਈਡ ਕੋਈ ਬਣਾਉਣੇ ਆ ਵੀਡੀਓ ਤੂੰ ਪਹਿਲਾਂ ਇਹ ਕਸ ਹੋਣਾ ਸੀ ਸਰ ਕਸ ਹੋਣਾ ਸੀ ਕਾਫੀ ਬੜਾ ਫਿਰ ਭੱਜਿਆ ਟੁੱਟਾ ਸੀ ਉਹ ਅੱਛਾ ਜੇ ਟੁੱਟਾ ਨੂੰ ਉਸ ਨਾਲ ਬੰਨੋ ਠੀਕ ਹੈ ਤਾਂ ਇਹ ਛੋਟੀ ਜੀ ਹੁਣੇ ਕਸੀ ਬਣੀ ਗਈ ਇਸ ਕਸੀ ਨੇ ਉੱਪਰ ਇਹਨਾਂ ਦਾ ਕੋਈ ਪੁੱਲ ਬਣਾਏ ਬਿਲਕੁਲ ਇਹ ਤਾਂ ਕੋਈ ਖੂਬਸੂਰਤੀ ਵਾਸਤੇ ਇਹਨਾਂ ਇਹ ਕਸੀ ਜੀ ਹੋਣੀ ਸੀ ਕਸ ਜਾ ਤੇ ਇਹਨਾਂ ਖੂਬਸੂਰਤੀ ਵਾਸਤੇ ਇੱਥੇ ਤਾਂ ਕੋਈ ਜਗ੍ਹਾ ਪਰ ਕਿਸ ਤਰ੍ਹਾਂ ਮਾਸ਼ਾਅੱਲਾ ਖੂਬਸੂਰਤ ਜਗ੍ਹਾ ਬਣਾਈ ਹੋ ਰਹੀ ਹੈ ਜ਼ਬਰਦਸਤ ਲੱਗਣਾ ਪਿਆ ਚੱਲੇ ਵਾਪਸ ਇਸ ਸਾਈਡ ਇਹ ਤਾਂ ਕੋਈ ਇਹਦਾ ਜਿਹੜੇ ਸਤਬਰਗੇ ਨੇ ਬੂਟੇ ਨਾ ਇਹਨਾਂ ਪਹਿਲਾਂ ਬੀਂ ਲਾਏ ਹੋਏ ਤੱਕੇ ਨੇ ਇਹ ਸਾਰੇ ਸਤਬਰਗੇ ਇਹ ਪਹਿਲਾਂ ਬੀਂ ਲਾਏ ਹੁਣ ਉਹਨਾਂ ਵਿੱਚੋਂ ਕੱਢੀ ਨਾ ਹੁਣ ਗਮਲਿਆਂ ਵਿੱਚੋਂ ਅਤੇ ਇਹ ਫਿਰ ਲਾਉਣੇ ਨੇ ਉੱਧਰ ਬਾਕੀ ਇਹ ਵੀ ਸਤਬਰਗੇ ਨਜ਼ਰ ਅਸ਼ਨ ਸਨ ਇਹ ਸਾਈਡ ਵੀ ਔਰ ਇਹ ਸਾਈਡ ਜਿਹੜਾ ਇਹ ਘਾਹ ਸਾਰਾ ਘਾਸ ਹੈ ਇਹ ਨਾਲ ਕਟਿੰਗ ਕਰੀ ਉੜੀ ਆ ਇਹ ਸਾਈਡ ਵੀ ਖਜੂਰ ਇਹ ਸਾਰਾ ਨਵਾਂ ਮੋਲ ਸੀ ਬਿਲਕੁਲ ਹੋਰ ਇਹ ਉੱਪਰ ਪੌਦੇ ਨੂੰ ਕੈਸੇ ਅੰਬਾਂ ਨੇ ਕੈਸੇ ਨੇ ਅੰਬਾਂ ਨੇ ਇਹ ਸਾਰਾ ਤੱਕਣੇ ਸੁੱਖ ਬਲਕਾ ਇਹਨੂੰ ਇਹ ਕਟਿੰਗ ਕੀਤੀ ਹੈ ਕਿ ਇਹ ਨਵਾਂ ਮੁੱਲ ਸੀ ਬਾਕੀ ਇਸ ਸਾਈਡ ਇਹ ਅੰਬਾਂ ਨੇ ਪੌਦੇ ਮਾਸ਼ਾਅੱਲਾ ਬੜੇ ਖੂਬਸੂਰਤ ਸੋ ਕਿਹੜੇ ਨਜ਼ਰ ਅੱਛੇ ਉਸ ਸਨ ਇਹ ਮਾਸ਼ਾਅੱਲਾ ਬੜਾ ਖੂਬਸੂਰਤ ਲੱਗੇ ਆ ਗੁਲਾਬ ਚਿੜੇ ਨੇ ਪੌਦਾ ਆ ਬੜਾ ਖੂਬਸੂਰਤ ਲੱਗਣਾ ਪਿਆ ਇਹ ਨਿੱਕਾ ਚੁੱਪ ਦਾ ਖਜੂਰ ਨਾ ਇਸੇ ਨਾਲ ਤੱਕ ਕਿਤਨੀ ਰਹਿੰਦਾ ਖਜੂਰਾਂ ਲੱਗੀਆਂ ਮਾਸ਼ਾਅੱਲਾ ਤੱਕਣੇ ਹੋ ਜੀ ਮਾਸ਼ਾਅੱਲਾ ਕਿਤਨਾ ਖੂਬਸੂਰਤ ਹੈ ਕਬਰਸਤਾਨ ਹੈ ਪਤਾ ਚੱਲਣਾ ਪਾਰਕ ਹੈ ਯਕੀਨ ਕਰੋ ਰਾਜ ਜੀ ਇਹ ਜੇ ਕਬਰਸਤਾਨ ਹੈ ਮਰਨੇ ਨਾ ਵੀ ਦਿਲ ਕਰਨਾ ਇਹ ਗੱਲ ਹੈ ਕਿ ਨਹੀਂ ਇਹ ਹੈ ਗੱਲ ਹੈ ਕਾਫੀ ਜ਼ਿਆਦਾ ਜਿਹੜੇ ਬੰਦੇ ਨੇ ਇੱਥੇ ਇਸਨੇ ਬਾਕੀ ਇਹ ਸਾਈਡ ਕਬਰਾਂ ਬਣਦੀਆਂ ਇਹ ਵੀ ਤੁਸੀਂ ਦੱਸਣੀ ਸਭ ਰੰਗ ਰੰਗੀ ਲੈ
बस नाम खुदा दा रहना ते दम दम नाल मुहम्मद बख्शा असी अल्ला अल्ला कहना ते ना कर बंदिया है तू मेरी मेरी ना कर बंदिया तू मेरी मेरी ना तेरी ना मेरी चार दिना दा दुनिया मेला ते फिर मिट्टी दी तेरी आ मियां साहब कहने सब ने चला जाना है दिल नमाज में मियां साहब ने किसी रोंदा तकिया था उन्हू की कहने के नारो चलिया मौत दा सुन के नारो चलिया मौत दा सुन के तैना रोड़ अखियां चू पानी क्योंकि टुर गए नबी मोहम्मद सरवर ए मन तकदीर रबानी ते माड़ न करिए रूप गणे दा ओ माड़ न करिए रूप गणे दा इत्थे वारस कौन हुसन दा सदा ना रह सड़ शाखां हरियां ते सदा ना फुल चमन दा ते असलां नाल जने की करिए ओ नसलां तक नहीं भुल दे बद नसलां नाल नेकी करिए ओ पुठियां चाला चले दे बेवफा दोस्त डिलीट कर दियो मोबाइल चो नंबर ही डिलीट कर दियो क्यों क्यों ए मियां साहब दी तशरीह मैं कीती है शेर ते उन्हें लिखिया अगू तशरीह ते मैं थोड़ी बहुत करनी है ना ओ किंज कहने खानदानी यार रखो मियां साहब के बेकदरे दी यारी कोलो बेकदरा दी यार तकने सो माशाल्लाह इन्हां सारियां चीज़ां लिखियां सिगरेट पीना मना है कूड़ा क्रिकेट फेंकना मना है फूल मत तोड़ें ये कब्रिस्तान है पार्क नहीं तस्वीरें बनाने की इजाज़त है या आने फोटोग्राफी करने की इजाज़त है बाकी इस जगह ना एहतराम करो मेहरबानी शुक्रिया फिर इंशाल्लाह गप होनी ठीक है तुसा ने हुन टाइम होया तुसा जो जिम्मे असा भी नाल मुर्गा शुर्गा टंगे घर जा घर आह्ले छोड़न नहीं नजर अल्लाह हाफिज़।